ਤੇ ਆਪਾਂ ਰੁੱਖ ਕਰੀਏ ਸ਼ਰਮਾ ਜੀ ਮੋਹਾਲੀ ਦਾ। ਮੋਹਾਲੀ ਦੇ ਵਿੱਚ ਪੰਥਕ ਮਸਲਿਆਂ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ, ਸੰਗਤ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਹਿੱਸੇਦਾਰੀ ਪਾ ਰਹੀ ਹੈ। ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਸੰਗਤ ਪਹੁੰਚ ਰਹੀ ਹੈ ਉੱਥੇ ਲਗਾਤਾਰ। ਉੱਥੇ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ, ਧਾਮੀ ਸਾਹਿਬ, ਇਹ ਪਹੁੰਚੇ, ਇਹਨਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ। ਤੇ ਇਹ ਵੀ ਕਈ ਲੋਕਾਂ ਨੇ ਕਿਹਾ ਵੀ ਕੀ ਇਸ ਤਰ੍ਹਾਂ ਦਾ ਹਮਲਾ ਜਾਇਜ਼ ਹੈ। ਜੀ ਪ੍ਰਵੀਨ ਜੀ, ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ, ਪੰਜਾਬ ਦੀ ਰਾਜਧਾਨੀ ਦੀ ਹੱਦ ਦੇ ਉੱਤੇ ਪਿਛਲੇ 12-13 ਦਿਨਾਂ ਤੋਂ ਇਹ ਮੋਰਚਾ ਚੱਲ ਰਿਹਾ। ਬੰਦੀ ਸਿੰਘਾਂ ਦੀ ਰਿਹਾਈ ਲਈ, ਲਾਪਤਾ ਪਾਵਨ ਸਰੂਪਾਂ ਦੀ ਸਹੀ ਭਾਲ ਲਈ ਤੇ ਦੋਸ਼ੀਆਂ ਨੂੰ ਸਜ਼ਾਵਾਂ ਲਈ, ਇਸੇ ਤਰ੍ਹਾਂ ਮਤਲਬ ਕਿ ਜਿਹੜੇ ਬੇਅਦਬੀ ਦੀਆਂ ਘਟਨਾ ਵਾਪਰੀਆਂ ਉਹਦੇ ਇਨਸਾਫ ਲਈ ਇਹ ਮੋਰਚਾ ਲੱਗਿਆ ਹੋਇਆ। ਤੇ ਇਸ ਮੋਰਚੇ ਦੀ ਖਾਸ ਗੱਲ ਇਹ ਹੈ ਕਿ ਇਹਨੇ ਲਗਭਗ ਪੂਰੀ ਤਰ੍ਹਾਂ ਨਾਲ ਉੱਥੇ ਸਥਾਪਨਾ ਕਰ ਲਈ ਹੈ। ਪਾਠ ਚੱਲਦੇ ਨੇ, ਵਿਚਾਰਾਂ ਚੱਲਦੀਆਂ ਨੇ, ਗੋਸ਼ਟੀਆਂ ਹੁੰਦੀਆਂ ਨੇ, ਚਰਚਾਵਾਂ ਹੁੰਦੀਆਂ ਨੇ, ਤੇ ਲੰਗਰ ਚੱਲ ਪਏ ਨੇ। ਉਸੇ ਤਰ੍ਹਾਂ ਪੱਕੇ ਸ਼ੈੱਡ ਪੈ ਗਏ ਨੇ, ਟੀਨਾਂ ਦੇ ਸ਼ੈੱਡ, ਛੱਪਰ ਟਾਈਪ ਟਰਾਲੀਆਂ ਖੜੀਆਂ ਨੇ, ਗੱਡੀਆਂ ਦੇ ਕਾਫਲੇ ਰੋਜ਼ ਪੰਜਾਬ ਤੋਂ ਆਉਂਦੇ ਨੇ ਤੇ ਰੋਜ਼ ਸਾਂਝ ਨੂੰ ਮੁੜਦੇ ਵੀ ਨੇ, ਤੇ ਵੱਡੀ ਗਿਣਤੀ ਸੰਗਤ ਉੱਥੇ ਰਹਿੰਦੀ ਵੀ ਹੈ। ਕੱਲ੍ਹ ਅਸੀਂ ਪੱਤਰਕਾਰਾਂ ਦਾ ਇੱਕ ਵਫਦ ਵੀ ਉੱਥੇ ਪੂਰੀ ਤਰ੍ਹਾਂ ਨਾਲ ਲੰਮਾ ਸਮਾਂ ਗੁਜ਼ਾਰ ਕੇ ਆਏ, ਤੇ ਉਸ ਸਮੇਂ ਉੱਥੇ ਲੱਖੋਵਾਲ ਦੀ ਧਿਰ ਵੀ ਆਉਂਦੀ ਹੈ, ਉਹ ਆਪਣਾ ਵੱਡਾ ਕਾਫਲਾ ਲੈ ਕੇ ਆਉਂਦੇ ਨੇ। ਸੋ ਇੱਕ ਦਿਨ ਪਹਿਲਾਂ ਪਤਾ ਲੱਗਦਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੀ ਪਹੁੰਚੀ ਹੈ, ਕੱਲ੍ਹ ਨੂੰ ਹੋਰ ਜਥੇਬੰਦੀਆਂ ਵੀ ਆ ਰਹੀਆਂ ਨੇ। ਸੋ ਕਿਸਾਨ ਜਥੇਬੰਦੀਆਂ ਨੇ ਵੀ ਇਸ ਮੋਰਚੇ ਦੇ ਵਿੱਚ ਰੁੱਖ ਕਰ ਲਿਆ। ਸੋ ਇਹ ਇੱਕ ਮਨੁੱਖੀ ਅਧਿਕਾਰਾਂ ਦਾ ਅੰਦੋਲਨ ਬਣਦਾ ਜਾ ਰਿਹਾ ਕਿ ਜਿਹਨੇ ਸਜ਼ਾ ਭੋਗ ਲਈ ਉਸਦੀ ਰਿਹਾਈ ਕਿਉਂ ਨਹੀਂ? ਜੀ ਜੀ, ਜਿਹਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਿਆ, ਜਿਹਨੇ ਪਾਵਨ ਗੁਰੂ ਦੇ ਵੀ ਅੰਗ ਫਾੜੇ, ਉਹਨਾਂ ਨੂੰ ਸਜ਼ਾਵਾਂ ਕਿਉਂ ਨਹੀਂ? ਇਹ ਸਵਾਲ ਪੁੱਛਦਾ ਇਹ ਮੋਰਚਾ ਚੱਲ ਰਿਹਾ। ਤੇ ਸਾਡੇ ਆਉਣ ਤੋਂ ਥੋੜੀ ਦੇਰ ਬਾਅਦ ਹੀ ਇਹ ਖਬਰ ਸਾਨੂੰ ਮਿਲਦੀ ਹੈ ਕਿ ਉੱਥੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਧਾਮੀ ਪਹੁੰਚਦੇ ਨੇ, ਤੇ ਉਹਨਾਂ ਨਾਲ ਧੱਕਾ ਮੁੱਕੀ ਹੁੰਦੀ ਹੈ। ਗੱਡੀ 'ਚ ਉਹਨਾਂ ਨੂੰ ਲਿਜਾਣ ਦੀ ਜਦੋਂ ਵਾਪਸ ਕੋਸ਼ਿਸ਼ ਹੁੰਦੀ ਹੈ ਤਦ ਗੱਡੀ ਦੇ ਸ਼ੀਸ਼ੇ ਭੰਨੇ ਜਾਂਦੇ ਨੇ, ਤੇ ਉਹ ਕਹਿੰਦੇ ਕਿ ਮੈਂ ਬਚ ਕੇ ਨਿਕਲਿਆ। ਉਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਦੇ ਨੇ, ਤੇ ਉਹਦੇ ਵਿੱਚ ਇਹ ਤੱਥ ਵੀ ਰੱਖਦੇ ਨੇ ਕਿ ਮੈਨੂੰ ਬੁਲਾਇਆ ਗਿਆ ਸੀ, ਠੀਕ ਹੈ, ਮੈਂ ਬੁਲਾਏ ਤੇ ਗਿਆ, ਤੇ ਅੰਦਰ ਪੰਡਾਲ ਦੇ ਵਿੱਚ ਬੈਠ ਕੇ ਮੇਰੇ ਨਾਲ ਚਰਚਾ ਵੀ ਹੋਈਆਂ, ਮੇਰੇ ਨਾਲ ਗੱਲਬਾਤ ਹੋਈ। ਤੇ ਉਹ ਤੋਂ ਬਾਅਦ ਬਾਹਰ ਆ ਕੇ ਕਹਿੰਦੇ ਕਿ ਕੁਝ ਸ਼ਰਾਰਤੀ ਧਿਰਾਂ ਨੇ ਮਤਲਬ ਸਾਡੇ ਤੇ ਹਮਲਾ ਕੀਤਾ। ਹੁਣ ਉਹਨਾਂ ਨੇ ਤਾਂ ਇਹ ਵੀ, ਜਾਂ ਅਕਾਲੀ ਦਲ ਨੇ ਵੀ, ਉਹਨਾਂ ਨੇ ਵੀ ਕਿਹਾ ਕਿ ਸ਼ਾਸਨ ਹਮਲਾ ਹੈ, ਇਹ ਸਾਜਿਸ਼ ਹੈ। ਪਰ ਇਹ ਮੌਕੇ ਦੀ ਨਜਾਕਤ ਵੱਧ ਲੱਗਦੀ ਹੈ, ਸਾਜਿਸ਼ ਤਾਂ ਸਿੱਧੀ ਨਹੀਂ ਲੱਗਦੀ, ਕਿਉਂਕਿ ਕੁਝ ਨੌਜਵਾਨ ਉੱਥੇ ਜਿਸ ਤਰ੍ਹਾਂ ਮਤਲਬ ਕਿ ਅਕਾਲੀ ਦਲ ਤੋਂ ਔਖੇ ਨੇ, ਅਕਾਲੀ ਦਲ ਤੋਂ ਨਾਰਾਜ਼ ਨੇ, ਤੇ ਇਹ ਮੰਨਿਆ ਕੀ ਜਾਂਦਾ, ਇਹ ਹਕੀਕਤ ਦੇ ਵਿੱਚ ਹੈ ਕਿ ਕਿਸੇ ਸਮੇਂ ਤਾਂ ਸ਼੍ਰੋਮਣੀ ਕਮੇਟੀ ਜਾਂ ਜਥੇਦਾਰਾਂ ਸਾਹਿਬਾਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਦਲ ਚੱਲਦਾ ਸੀ, ਅੱਜ ਕੱਲ੍ਹ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਚੱਲਦੀ ਹੈ। ਸੋ ਇਸ ਲਈ ਅਕਾਲੀ ਦਲ ਦੇ ਵਿੰਗ ਵਜੋਂ ਸ਼੍ਰੋਮਣੀ ਕਮੇਟੀ ਨੂੰ ਮੰਨਦੇ ਹਾਂ, ਉਹਦੇ ਪ੍ਰਧਾਨ ਦੇ ਉੱਤੇ ਸਵਾਲ ਜਵਾਬ ਦੇ ਦੌਰਾਨ ਕਹਿੰਦੇ ਹਮਲਾ ਹੋਇਆ। ਹੁਣ ਧਾਮੀ ਸਾਹਿਬ ਕਹਿੰਦੇ ਨੇ ਕਿ ਮੇਰੇ ਤੇ ਹਮਲਾ, ਮੇਰੀ ਗੱਡੀ ਭੰਨੀ ਹੈ, ਅਸੀਂ ਬੜੀ ਮੁਸ਼ਕਲ ਨਾਲ ਉੱਥੋਂ ਨਿਕਲ ਕੇ ਆਏ ਹਾਂ, ਡਰਾਈਵਰ ਨੇ ਗੱਡੀ ਭਜਾ ਲਈ, ਪੁਲਿਸ ਨੇ ਉੱਥੇ ਕੋਈ ਸਿਆਣਪ ਨਹੀਂ ਵਰਤੀ, ਪ੍ਰਸ਼ਾਸਨ ਨੇ ਕੋਈ ਸਿਆਣਪ ਨਹੀਂ ਵਰਤੀ, ਉੱਥੇ ਬੈਠੇ ਸੀ ਦੇਖਦੇ ਰਹੇ ਤਮਾਸ਼ਾ, ਕਿਸੇ ਨੇ ਉੱਥੇ ਪ੍ਰਬੰਧਕਾਂ ਨੇ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਉਹ ਤਾਂ ਇਹ ਕਹਿੰਦੇ ਨੇ, ਪਰ ਉੱਥੇ ਜਿਹੜੀਆਂ ਧਿਰਾਂ ਨੇ ਉਹ ਕਹਿੰਦੀਆਂ ਜੀ ਅਸੀਂ ਤਾਂ ਗੱਡੀ ਰੋਕ ਕੇ ਚਰਚਾ ਕਰਨਾ ਚਾਹੁੰਦੇ ਸੀ। ਪਰ ਇਹ ਚਰਚਾ ਦਾ ਤਰੀਕਾ ਵੀ ਕਈਆਂ ਨੇ ਖੰਡਨ ਕੀਤਾ ਕਿ ਇਹ ਕਿਹੜਾ ਤਰੀਕਾ ਹੈ ਚਰਚਾ ਦਾ, ਜਦੋਂ ਪੰਡਾਲ 'ਚ ਬੈਠੇ ਸੀ ਤਾਂ ਉੱਥੇ ਬੈਠ ਕੇ ਜਦੋਂ ਵਿਚਾਰਾਂ ਚੱਲ ਰਹੀਆਂ ਤੁਸੀਂ ਵੀ ਬੈਠ ਜਾਂਦੇ ਹੋ ਸੰਗਤ ਦੇ ਵਿੱਚ। ਸੋ ਕੁਝ ਬੁੱਧੀਜੀਵੀ ਧਿਰਾਂ ਕਹਿੰਦੀਆਂ ਕਿ ਆਹ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਜੋ ਕੁਛ ਹੋਇਆ, ਇਹਦਾ ਦੁਨੀਆਂ ਭਰ ਦੇ ਵਿੱਚ ਸੁਨੇਹਾ ਗਲਤ ਜਾਂਦਾ ਕਿ ਸਿੱਖ ਤਾਂ ਆਪਸ 'ਚ ਪਾਟੋ ਧਾਰ ਨੇ, ਇਹ ਤਾਂ ਇਸ ਮੁੱਦੇ ਤੇ ਇਕੱਠੇ ਨਹੀਂ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਜੀ ਅਸੀਂ ਵੀ ਮੁਹਿੰਮ ਵੱਢੀ ਹੋਈ ਹੈ, ਦਸਤਖਤ ਮੁਹਿੰਮ ਅਸੀਂ ਵੀ ਚਲਾ ਰਹੇ ਹਾਂ, ਅਸੀਂ ਵੀ ਬੰਦੀ ਸਿੰਘਾਂ ਦੀ ਰਿਹਾਈ। ਪਰ ਸਵਾਲ ਸ਼੍ਰੋਮਣੀ ਕਮੇਟੀ ਦੇ ਪਾਲੇ 'ਚ ਵੀ ਹੈ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦਾ ਤੁਹਾਡਾ ਅਕਾਲੀ ਦਲ, ਤਦੇ ਤੁਹਾਨੂੰ ਬੰਦੀ ਸਿੰਘਾਂ ਦੀ ਵੀ ਯਾਦ ਆਉਂਦੀ ਹੈ, ਤਦੇ ਤੁਹਾਨੂੰ ਪੰਥਕ ਮਸਲਿਆਂ ਦੀ ਵੀ ਯਾਦ ਆਉਂਦੀ ਹੈ। ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ ਤਦ ਤੁਸੀਂ ਸਾਰਾ ਕੁਛ ਭੁੱਲ ਜਾਂਦੇ ਹੋ, ਤਾਂ ਤੁਸੀਂ ਸਾਰਾ ਕੁਛ ਬੀਜੇਪੀ ਦੇ ਅਨੁਸਾਰ ਕੀਤਾ, ਉਹਨਾਂ ਦੀ ਹਾਂ 'ਚ ਹਾਂ ਮਿਲਾਇਆ, ਉਹਨਾਂ ਦੀ ਪੈਰ 'ਚ ਪੈਰ ਧਰੇ। ਸੋ ਇਸ ਲਈ ਸਵਾਲ ਤਾਂ ਹੋਣਗੇ, ਪਰ ਕੀ ਇਹ ਸਵਾਲ ਦਾ ਤਰੀਕਾ ਸ਼ੀਸ਼ੇ ਭੰਨ ਕੇ ਹੈ, ਇਹ ਗਲਤ ਹੈ। ਇਸ ਨੂੰ ਲੈ ਕੇ ਕੁਝ ਪੰਥਕ ਧਿਰਾਂ ਨੇ ਵੀ, ਸਮਾਜਿਕ ਧਿਰਾਂ ਨੇ ਵੀ ਕਿਹਾ ਕਿ ਨਹੀਂ ਇਹ ਤਰੀਕਾ ਸਹੀ ਨਹੀਂ ਸੀ, ਇਹਦੇ ਨਾਲ ਸਿੱਖੀ ਦਾ ਅਕਸ ਨੂੰ ਢਾ ਲੱਗਦੀ ਹੈ। ਸ਼੍ਰੋਮਣੀ ਕਮੇਟੀ ਦਾ ਅਕਸ ਆ ਜੋ ਬਣਿਆ ਉਹ ਬਣਿਆ ਹੀ ਹੈ, ਪਰ ਹਰਵਿੰਦਰ ਸਿੰਘ ਧਾਮੀ ਹੋਰਾਂ ਦੀ ਨਿੱਜੀ ਜਿਹੜੀ ਦਿੱਖ ਹੈ ਉਹ ਕਾਫੀ ਪਾਕ ਸਾਫ ਮੰਨੀ ਜਾਂਦੀ ਹੈ। ਜੀ ਜੀ, ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ, ਜਦੋਂ ਮਤਲਬ ਪਹਿਲਾਂ ਇਹਨਾਂ ਤੋਂ ਪਹਿਲਾਂ ਜਿਹੜੇ ਪ੍ਰਧਾਨ ਸੀ ਲੁਧਿਆਣੇ ਤੋਂ ਅਵਤਾਰ ਸਿੰਘ ਕੀ ਆ ਉਹ, ਹੈ ਨਾ, ਮੱਕੜ ਸਾਹਿਬ, ਮੱਕੜ, ਹਾਂ, ਹੈ ਨਾ, ਜਦੋਂ ਮੱਕੜ ਉਹਨਾਂ ਨੂੰ ਪ੍ਰਧਾਨ ਬਣਾਇਆ, ਉਹ ਤੋਂ ਪਹਿਲਾਂ ਪ੍ਰਧਾਨ ਬਣਾਉਣ ਦੇ ਲਈ ਬਾਦਲ ਨੇ ਹਰਵਿੰਦਰ ਸਿੰਘ ਧਾਮੀ ਨੂੰ ਹੀ ਚੁਣਿਆ ਸੀ।
ਤੇ ਧਾਮੀ ਉਹਨਾਂ ਨੂੰ ਕਿਹਾ ਗਿਆ ਬਾਦਲ ਨੇ ਕਿ ਭਾਈ ਤਿਆਰੀ ਕਰ ਲੈ ਤੈਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ। ਕਹਿੰਦੇ ਜੀ ਦੋ ਦਿਨ ਦਾ ਸਮਾਂ ਦੇ ਦਿਓ ਸੋਚਣ ਦਾ। ਤੇ ਬਾਦਲ ਸਾਹਿਬ ਕਹਿੰਦੇ ਕਿ ਇੱਥੇ ਤਾਂ ਲੋਕ ਲਾਈਨ ਲਾਉਂਦੇ ਨੇ ਕਿ ਸਾਨੂੰ ਲਾਓ ਜੀ ਪ੍ਰਧਾਨ ਸਿਫਾਰਿਸ਼ਾਂ ਤੇ ਤੂੰ ਸਮਾਂ ਮੰਗੀ ਜਾਂਦਾ। ਕਹਿੰਦੇ ਨਹੀਂ ਜੀ, ਮੈਂ ਸਮਝਦਾ ਕਿ ਮੈਂ ਇਸ ਪਦ ਅਹੁਦੇ ਤੇ ਕਾਬਲ ਵੀ ਹਾਂ, ਮੈਂ ਸੇਵਾ ਨਿਭਾ ਵੀ ਸਕਦਾ ਕਿ ਨਹੀਂ। ਜੀ ਜੀ। ਸੋ ਇਹੋ ਜਿਹੇ ਹਲੀਮੀ ਵਾਲੇ ਨੇ ਤੇ ਧਾਮੀ ਉਹਨਾਂ ਨੇ ਇਨਕਾਰ ਕਰਤਾ ਸੀ ਦੋ ਦਿਨਾਂ ਬਾਅਦ ਵੀ ਕਿ ਮੈਂ ਨਹੀਂ ਬਣਨਾ ਪ੍ਰਧਾਨ। ਠੀਕ ਆ। ਤੇ ਉਹ ਤੋਂ ਬਾਅਦ ਇਹਨਾਂ ਨੂੰ ਫਿਰ ਕਾਰਜਕਾਰਨੀ ਚ ਲਿਆ, 71 ਲਿਆ ਤਾਂ ਕਿ 22 ਪ੍ਰਧਾਨ ਲਿਆ, ਫਿਰ ਉਸ ਸਿਸਟਮ ਚੋਂ ਲੰਘਾਇਆ ਤੇ ਫਿਰ ਦੁਬਾਰਾ ਪ੍ਰਧਾਨ ਬਣਾਇਆ। ਸੋ ਅਜੇ ਵੀ ਉਹ ਉਸੇ ਤਰ੍ਹਾਂ ਕੋਰਟ ਕਚਹਿਰੀ ਚ ਆਪਣੇ ਕੇਸ ਵੀ ਦੇਖਦੇ ਨੇ, ਉਸੇ ਤਰ੍ਹਾਂ ਟੂ ਵੀਲਰ ਆਪਣਾ ਚਲਾਉਂਦੇ ਨੇ, ਗੱਡੀ ਬਹੁਤ ਲੰਬੇ ਸਮੇਂ ਬਾਅਦ ਉਹਨੂੰ SGPC ਦੀ ਵਰਤਣੀ ਸ਼ੁਰੂ ਕੀਤੀ ਹੈ। ਉਹ ਹੁਣ ਵੀ ਉਹਨੂੰ ਸਿਰਫ ਓਨੇ ਹੀ ਕੰਮ ਲਈ ਵਰਤਦੇ ਨੇ, ਨਹੀਂ ਆਪਣਾ ਨਿੱਜੀ ਵਾਹਨ ਹੀ ਵਰਤਦੇ ਨੇ। ਸੋ ਕੋਈ ਤਨਖਾਹ ਨਹੀਂ, ਕੋਈ ਸਹੂਲਤ ਨਹੀਂ। ਸੋ ਇਹ ਟੌੜਾ ਸਾਹਿਬ ਤੋਂ ਬਾਅਦ ਜੇਕਰ ਕੋਈ ਸ਼ਖਸੀਅਤ ਆਈ ਹੈ ਤਾਂ ਉਹ ਆਈ ਹੈ, ਪਰ ਬਾਦਲਾਂ ਦਾ ਜਿਹੋ ਜਿਹਾ ਪ੍ਰਭਾਵ ਹੈ ਸ਼੍ਰੋਮਣੀ ਕਮੇਟੀ ਤੇ ਜਾਂ ਬਾਦਲ ਜਿਸ ਤਰੀਕੇ ਨਾਲ ਆਪਣੇ ਢੰਗ ਨਾਲ ਚਲਾਉਂਦੇ ਨੇ, ਉਹਦੇ ਕਾਰਨ ਲੋਕਾਂ ਦਾ ਰੋਸ ਅਕਾਲੀ ਦਲ ਪ੍ਰਤੀ ਜਿਹੋ ਜਿਹਾ ਹੈ, ਉਹੋ ਜਿਹਾ ਸ਼੍ਰੋਮਣੀ ਕਮੇਟੀ ਪ੍ਰਤੀ ਹੈ। ਸੋ ਉਸ ਰੋਸੇ ਚੋਂ ਕੱਲ ਉਹ ਹੋਇਆ, ਪਰ ਸਵਾਲ ਇਹ ਹੈ ਕਿ ਉਹ ਭੰਨਤੋੜ ਹੋਣੀ ਚਾਹੀਦੀ ਸੀ ਜਾਂ ਨਹੀਂ। ਇਸ ਨੂੰ ਲੈ ਕੇ ਪੰਥਕ ਧਿਰਾਂ ਵਿਚਾਰੀਆਂ ਨੇ ਕਿ ਇਹ ਤਸਵੀਰ ਜਾਣਾ ਇਹ ਇਸ ਮੋਰਚੇ ਲਈ ਵੀ ਠੀਕ ਨੀਗਾ ਤੇ ਇਸ ਸਿੱਖ ਭਾਈਚਾਰੇ ਲਈ ਵੀ ਠੀਕ ਨੀਗਾ। ਇਹ ਜਿਹੀਆਂ ਮਸਲਿਆਂ ਤੋਂ ਬਚਣ ਦੀ ਲੋੜ ਹੈ, ਵਿਚਾਰਾਂ ਹੋਣੀਆਂ ਚਾਹੀਦੀਆਂ, ਬਾਬੇ ਨਾਨਕ ਦੇ ਫਲਸਫੇ ਅਨੁਸਾਰ ਗੋਸ਼ਟੀਆਂ ਹੋਣੀਆਂ ਚਾਹੀਦੀਆਂ, ਚਰਚਾਵਾਂ ਹੋਣੀਆਂ ਚਾਹੀਦੀਆਂ। ਤੇ ਉਹ ਚਰਚਾਵਾਂ ਮਤਲਬ ਇੰਨੀਆਂ ਮਤਲਬ ਕਿ ਤੰਦਰੁਸਤ ਸੁਣ ਕੇ ਉਹ ਬਾਹਰ ਆ ਕੇ ਕੋਈ ਵਿਚਾਰ ਰੱਖ ਸਕਣ। ਸੋ ਉਸ ਦੀ ਬਜਾਏ ਜਿਹੜਾ ਇਹ ਤਰੀਕਾ ਉੱਥੇ, ਚਾਹੇ ਕੁੱਝ ਧਿਰਾਂ ਵੱਲੋਂ ਸਵਾਲ ਕੀਤੇ ਗਏ, ਕੁੱਝ ਨੌਜਵਾਨਾਂ ਵੱਲੋਂ ਸਵਾਲ ਕੀਤੇ ਗਏ, ਜਾਂ ਉਸ ਮੋਰਚੇ 'ਚ ਪਹੁੰਚੀ ਆਮ ਸੰਗਤ ਵੱਲੋਂ ਗੱਡੀ ਘੇਰੀ ਗਈ, ਸੋ ਆਉਂਦੇ ਦਿਨਾਂ ਦੇ ਵਿੱਚ ਇਹ ਖਿਲਾਫ ਵੱਧ ਸਕਦਾ। ਇਸ ਟਕਰਾਅ ਤੋਂ ਬਚਣ ਦੀ ਲੋੜ ਸੀ ਔਰ ਬਚਿਆ ਜਾ ਸਕਦਾ ਸੀ। ਹਾਂਜੀ, ਬਚਿਆ ਜਾ ਸਕਦਾ ਸੀਗਾ। ਤੇ ਤੁਹਾਨੂੰ ਯਾਦ ਹੋਣਾ, ਲੰਘੇ ਦਿਨੀ ਦਾਦੂਵਾਲ ਸਾਹਿਬ ਨੂੰ ਵੀ ਚੰਗੇ ਉੱਥੇ ਸਵਾਲ ਜਵਾਬ ਹੋਏ ਨੇ, ਸੰਗਤ ਵੱਲੋਂ ਕੀਤੇ ਗਏ ਨੇ। ਸਵਾਲ ਪੰਥਕ ਆਗੂਆਂ ਨੂੰ ਹੋਣ, ਇਹਦੇ 'ਚ ਕੋਈ ਗਲਤ ਨਹੀਂ ਹੈ, ਪਰ ਸਵਾਲ ਦਾ ਸ਼ਬਦਾਵਲੀ ਉਹ ਮਰਿਆਦਕ ਹੋਣੀ ਚਾਹੀਦੀ ਹੈ। ਦੂਜਾ ਹੈ ਕਿ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ। ਤੁਸੀਂ ਠੀਕ ਆ, ਪਰ ਜੋ ਰੋਸਾ, ਜੋ ਜਜ਼ਬਾਤ ਨੇ ਉਹ ਤਾਂ ਸਮਝਦੇ ਹਾਂ ਆਪਾਂ ਕਿ ਇੰਨੇ ਵਕਫੇ ਤੋਂ ਪੰਥਕ ਮਸਲਿਆਂ ਦਾ ਜਿਹੜਾ ਕਿਸੇ ਵੀ ਤਰੀਕੇ ਨਾਲ ਹੱਲ ਨਾ ਹੋਣਾ, ਜਜ਼ਬਾਤੀ ਰੋਸ ਤਾਂ ਹੈ, ਉਹਨੂੰ ਤਾਂ ਨਹੀਂ ਦਰਕਨਾਰ ਕੀਤਾ ਜਾ ਸਕਦਾ, ਪਰ ਇਹਨੂੰ ਰੋਸ ਦੇ ਦਰਮਿਆਨ ਤੁਸੀਂ ਜ਼ਾਬਤਾ ਕਿਵੇਂ ਕਾਇਮ ਰੱਖਣਾ, ਇਹ ਇੱਕ ਵੱਡੀ ਗੱਲ ਹੈ। ਬਿਲਕੁਲ ਬਿਲਕੁਲ।